ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ। ਮਲੇਰਕੋਟਲਾ ਦੇ ਨੇੜੇ ਸਥਿਤ ਪਿੰਡ ਕਲਿਆਣ ਵਿਖੇ ਸੁੰਦਰ ਦਸਤਾਰ ਮੁਕਾਬਲੇ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਕਰਵਾਏ ਗਏ ਨੇ, ਜਿਸ ਵਿੱਚ ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਮਨਦੀਪ ਸਿੰਘ ਖੁਰਦ ਵੱਲੋਂ ਮੁਕਾਬਲਿਆਂ ਦੀ ਜਜਮੈਂਟ ਕਰਕੇ ਰਿਜ਼ਲਟ ਤਿਆਰ ਕੀਤਾ ਗਿਆ ਹੈ ਅਤੇ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਤੇ ਆਉਣ ਵਾਲੇ ਬੱਚਿਆਂ ਨੂੰ ਟਰਾਫੀ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਹੈ। ਮਲੇਰਕੋਟਲਾ ਤੋਂ ਸਰਬਜੀਤ ਸਿੰਘ ਦੀ ਖਾਸ ਰਿਪੋਰਟ। ਪੰਜਾਬ ਦਿਹਾੜੀ ਖਬਰ ਦੇਖਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ। ਮੇਰਾ ਨਾਮ ਜੀ ਅਵਤਾਰ ਸਿੰਘ। ਪਹਿਲਾਂ ਵੀ ਕਰਾਏ ਪਰ ਇਹਨੂੰ ਛੋਟੇ ਮੁਕਾਬਲੇ ਸੀਗੇ ਜੀ। ਮੁਕਾਬਲੇ ਦੇ ਵਿੱਚ ਤਕਰੀਬਨ ਪਹਿਲਾਂ 50 ਕੁ ਬੱਚੇ ਹੋ ਜਾਂਦੇ ਆ, ਜਾਣੀ ਦੀ ਕੋਈ ਜ਼ਿਆਦਾ ਨਹੀਂ ਹੁੰਦੇ, 1000 ਕੁ ਰੁਪਈਆ, 1100 ਰੁਪਈਆ ਅਤੇ 500 ਰੁਪਈਆ ਛੋਟੇ ਬੱਚਿਆਂ ਨੂੰ ਨਾਮ ਰੱਖਦੇ ਨੇ। ਹਾਂਜੀ ਹਾਂਜੀ ਟਰੋਫੀਆਂ ਵੀ ਦਿੰਦੇ, ਟਰੋਫੀਆਂ ਦਿੱਤੀਆਂ ਜਾਂਦੀਆਂ, ਮੈਡਲ ਵਗੈਰਾ ਸਰੂਪੇ, ਤਾਂ ਕਿ ਬੱਚੇ ਉਤਸ਼ਾਹਿਤ ਹੋ ਜਾਂਦੇ। ਫਿਰ ਦਸਤਾਰਾਂ ਵਗੈਰਾ ਵੀ ਵੰਡੀਆਂ ਜਾਂਦੀਆਂ ਵਾ ਬੱਚਿਆਂ ਨੂੰ, ਵਸਤਰ ਵਗੈਰਾ ਵੀ, ਕਾਪੀ ਪੈੱਨ ਵੀ। ਬੱਚੇ ਸੇਵਾਦਾਰ ਇੱਥੋਂ ਜਥਾਯੋਗ ਜਿਹੜੇ ਬੱਚੇ ਪੜ੍ਹਨ ਵਾਲੇ ਆ, ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਏ ਜਾਂਦੇ ਇੱਥੇ ਬੱਚਿਆਂ ਨੂੰ। ਬੱਚੇ ਸਾਡੇ ਇੱਥੇ ਜਿਨ੍ਹਾਂ ਦੇ ਤਕਰੀਬਨ 35 ਬਾਣੀਆਂ ਕੰਠ ਹਨ, 2-3 ਬੱਚੇ ਐਸੇ ਹਨ, ਜ਼ਫਰਨਾਮਾ ਮੂੰਜਵਾਨੀ ਸਾਰਾ ਯਾਦ ਆ ਉਹਨਾਂ ਦੇ। ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਹੱਥ ਬੰਨ ਕੇ ਕਿ ਉਹ ਗੁਰਬਾਣੀ ਦੇ ਲੜ ਲੱਗਣ, ਗੁਰਬਾਣੀ ਦੀ ਸੰਥਿਆ ਕਰਨ, ਦਸਤਾਰ ਮੁਕਾਬਲੇ ਜਿਸ ਤਰ੍ਹਾਂ ਹੁੰਦੇ ਆ ਦਸਤਾਰਾਂ ਸੀਸ 'ਤੇ ਸਜਾਉਣ, ਤਾਂ ਕਿ ਉਹ ਆਪਣੇ ਵਿਰਸੇ ਦੀ ਸੰਭਾਲ ਕਰਨ ਅਤੇ ਨਸ਼ਿਆਂ ਤੋਂ ਬਚ ਕੇ ਆਪਣਾ ਸਮਾਜ ਅਤੇ ਆਪਣੇ ਆਪ ਨੂੰ ਸੰਭਾਲਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਾਮ ਕੀ ਹੈ ਪੁੱਤ ਆਪਣਾ? ਹਰਫਤਿਹ ਸਿੰਘ ਉਹਨਾਂ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਦਸਤਾਰ ਮੁਕਾਬਲੇ ਹਿੱਸਾ ਲਿਆ ਆਪਣਾ? ਅੱਜ ਸਾਰਿਆਂ ਨੇ ਪੱਗ ਬੰਨ ਕੇ ਰੱਖਣੀ ਆ। ਹਾਂਜੀ, ਹੋਰ ਗੁਰੂ ਦੇ ਸਾਹਿਬ ਜੀ ਨਾਮ ਮਿਲਿਆ ਤੁਹਾਨੂੰ, ਕੀ ਕਹਿਣਾ ਚਾਹੋਗੇ? ਖੁਸ਼ੀ ਹੋਈ? ਹਾਂਜੀ ਖੁਸ਼ੀ ਹੋਈ। ਨਾਮ ਦਿਖਾ ਦਿਓ ਆਪਣਾ ਇੱਕ ਵਾਰੀ, ਨਾਮ ਦਿਖਾ ਦਿਓ ਜੀ ਕੈਮਰੇ ਸਾਹਮਣੇ ਇੱਧਰ। ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਸਰ, ਕੀ ਨਾਮ ਜੀ ਆਪਣਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਮਨਦੀਪ ਸਿੰਘ ਖੁਰਦ। ਕੀ ਕਹਿਣਾ ਚਾਹੋਗੇ ਦਸਤਾਰ ਮੁਕਾਬਲੇ ਤੁਸੀਂ ਬਹੁਤ ਜਗ੍ਹਾ ਜਗ੍ਹਾ ਜਾ ਕੇ ਕਰਾਉਣ ਵਾਲ ਪੰਜਾਬ ਦੇ ਵਿੱਚ ਕਰਾਉਂਦੇ ਰਹਿੰਦੇ ਹੋ, ਤੁਸੀਂ ਕਿਵੇਂ ਮਹਿਸੂਸ ਕਰਦੇ ਹੋ ਅੱਜ ਦਾ ਦਸਤਾਰ ਮੁਕਾਬਲਾ ਕਰਵਾ ਕੇ? ਦੇਖੋ ਜੀ, ਅੱਜ ਦਾ ਜੋ ਦਸਤਾਰ ਮੁਕਾਬਲਾ ਹੈ, ਅੱਜ ਦਾ ਦਸਤਾਰ ਮੁਕਾਬਲਾ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ ਨਾਲ ਦੀ ਨਾਲ ਸ਼ਹੀਦ ਊਧਮ ਸਿੰਘ ਜੀ ਦੇ ਅੱਜ ਜੋ ਸ਼ਹੀਦੀ ਦਿਹਾੜਾ ਹੈ ਉਹਨਾਂ ਨੂੰ ਸਮਰਪਿਤ, ਸ਼੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਜ ਦਾ ਜੋ ਦਸਤਾਰ ਮੁਕਾਬਲਾ ਹੈ ਪਿੰਡ ਕਲਿਆਣ ਵਿਖੇ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਪਿੰਡ ਕਲਿਆਣ ਵਿਖੇ ਕਰਵਾਇਆ ਗਿਆ, ਜਿਸ ਦੇ ਵਿੱਚ ਸੈਂਕੜੇ ਬੱਚਿਆਂ ਨੇ ਭਾਗ ਲਿਆ। ਤੁਸੀਂ ਦੇਖਿਆ ਜੀ ਕਿ ਨੌਜਵਾਨਾਂ ਦੇ ਵਿੱਚ, ਬੱਚਿਆਂ ਦੇ ਵਿੱਚ ਕਾਫੀ ਉਤਸ਼ਾਹ ਸੀ ਦਸਤਾਰ ਮੁਕਾਬਲੇ ਪ੍ਰਤੀ, ਅਤੇ ਉਹਨਾਂ ਨੇ ਬੜੀ ਹੀ ਚੜ੍ਹਦੀ ਕਲਾ ਦੇ ਨਾਲ ਸਾਰਿਆਂ ਨੇ ਹੀ ਦਸਤਾਰ ਮੁਕਾਬਲੇ ਵਿੱਚ ਭਾਗ ਲਿਆ। ਵਿਰਸਾ ਸੰਭਾਲ ਸਰਦਾਰੀ ਲਹਿਰ ਦੇ ਵਿਸ਼ੇਸ਼ ਸਹਿਯੋਗ ਨਾਲ ਬਾਬਾ ਦਰਸ਼ਨ ਸਿੰਘ ਜੀ ਅਤੇ ਬਾਬਾ ਅਵਤਾਰ ਸਿੰਘ ਜੀ ਦੇ ਵਿਸ਼ੇਸ਼ ਉਪਰਾਲੇ ਨਾਲ ਇਹ ਜੋ ਪ੍ਰੋਗਰਾਮ ਸੀ ਸਾਰਾ ਹੀ ਕਰਵਾਇਆ ਗਿਆ। ਅਸੀਂ ਇੱਥੇ ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਬਾਬਾ ਜੀ ਦਾ, ਸਾਡੇ ਦਸਤਾਰ ਕੋ ਸਾਹਿਬਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਇਹਨਾਂ ਨੇ ਆਪਣੀ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਦਸਤਾਰ ਮੁਕਾਬਲੇ ਦੀ ਸ਼ੋਭਾ ਨੂੰ ਵਧਾਇਆ। ਅਗਲੀ ਬੇਨਤੀ ਇਹ ਕਰ ਦਿੱਤੀ ਜਾਵੇ ਕਿ ਜੋ ਦਸਤਾਰ ਮੁਕਾਬਲੇ ਵਿੱਚ ਜਿੰਨੇ ਵੀ ਬੱਚਿਆਂ ਨੇ ਭਾਗ ਲਿਆ, ਵਿਰਸਾ ਸੰਭਾਲ ਸਰਦਾਰੀ ਲਹਿਰ ਵੱਲੋਂ ਸਾਰੇ ਹੀ ਬੱਚਿਆਂ ਨੂੰ ਮੈਡਲਾਂ ਦੇ ਨਾਲ ਸਨਮਾਨਿਤ ਕੀਤਾ ਗਿਆ, ਨਾਲ ਦੀ ਨਾਲ ਹੀ ਉਹਨਾਂ ਨੂੰ ਨਗਦ ਇਨਾਮ ਬਾਬਾ ਜੀ ਵੱਲੋਂ, ਉਹਨਾਂ ਨੂੰ ਟਰਾਫੀਆਂ ਅਤੇ ਇੱਕ ਯਾਦਗਾਰੀ ਸਨਮਾਨ ਚਿੰਨ ਅਤੇ ਦਸਤਾਰਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਗ ਲੈਣ ਵਾਲੇ ਸਾਰੇ ਹੀ ਬੱਚਿਆਂ ਦਾ ਸਨਮਾਨ ਕੀਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਜੀ ਦਰਸ਼ਨ ਸਿੰਘ, ਪਿੰਡ ਕਲਿਆਣ। ਸਭ ਤੋਂ ਪਹਿਲਾਂ ਆਪਾਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕਰਦੇ ਹੋਏ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਯਾਦ ਕਰਦੇ ਹੋਏ ਹਾਂ, ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਧ ਸੰਗਤ, ਮੇਰਾ ਪਿੰਡ ਕਲਿਆਣ ਆ ਜੀ, ਬੱਚਿਆਂ ਨੇ ਉਪਰਾਲਾ ਕੀਤਾ
बेटा प्रदमन सिंह, अमृतपाल सिंह सुखू ते होर नगर निवासी सिख संगत ने बाबा अवतार सिंह जी दे सहयोग दे नाल ते ए सिखी लहर गुरसिखी दी शान नूं अगे वधाउण वास्ते बच्चों ने उपराले किया, क्योंकि साढ़े काफ़ी समय तो यह दस्तार मुकाबलों के बच्चे हिस्से लेंदे सी, जिस तों अगे जागरूक करन वास्ते सतगुरु जी ने सेवा लाई है। बच्चों ने दूसरा यह दस्तार मुकाबला कराया गया, पहला पिछले महीने दसंबर के करवाया गया, आ दूसरा दस्तार मुकाबला करवाया गया सिख संगत के सहयोग के नाल सतगुरु जी की कृपा के नाल ये करवाया गया है। इस तरह अगे आस रखते हैं बच्चे वध तो वध सिखी वल वधन की कोशिश करन। माता पिता बच्चों के माता पिता को भी बेनती करते हैं कि वह भी भाई आप अपने बच्चों को प्रेरणा देन दस्तार सजाने की और केसां धारी रखण दी, जिस करके अगे आने वाले समय के सिखी की शान वधदी जाए। धन श्री गुरु गोबिंद सिंह महाराज दी खुशियां प्राप्त हुंदियां रहन जी, होइयां भुल्लां दी खिमां जी। वाहिगुरू जी का खालसा, वाहिगुरू जी की फतह।